ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਆ? ਹੋਪ ਤੁਸੀਂ ਸਾਰੇ ਵਧੀਆ ਹੋਣਗੇ। ਅਤੇ ਅੱਜ ਆਪਾਂ ਬਣਾਉਣ ਲੱਗੇ ਸੀਗੇ ਵੈਜ ਰੋਲ। ਅਤੇ ਵੈਜ ਰੋਲ ਉਹ ਵੀ ਆਪਾਂ ਦੇਸੀ ਤਰੀਕੇ ਨਾਲ, ਕਣਕ ਦੇ ਆਟੇ ਦੇ ਨਾਲ, ਕਣਕ ਦੀ ਰੋਟੀ ਨਾਲ। ਲੋਕ ਮੈਦੇ ਦੀ ਰੋਟੀ ਬਣਾਉਂਦੇ ਆ, ਅਤੇ ਆਪਾਂ ਮੈਦਾ ਯੂਜ਼ ਨਹੀਂ ਕਰਨਾ, ਕਣਕ ਦੀ ਰੋਟੀ ਦੇ ਵੈਜ ਰੋਲ ਬਣਾ ਕੇ ਦੇਖਦੇ ਹਾਂ। ਚਲੋ ਟਰਾਈ ਕਰੀਏ, ਚਲੋ ਆਜੋ ਫਿਰ ਬਣਾਈਏ, ਸ਼ੁਰੂ ਕਰੀਏ, ਸਟਾਰਟ ਕਰੀਏ। ਸਭ ਤੋਂ ਪਹਿਲਾਂ ਆਪਾਂ ਆਲੂ ਬੋਇਲ ਕਰ ਲੈਣੇ ਆ ਅਤੇ ਪਿਆਜ਼ ਕੱਟ ਲੈਣੇ ਆ। ਆਲੂ ਬੋਇਲ ਕਰਕੇ ਇਹਨਾਂ ਨੂੰ ਮੈਸ਼ ਕਰ ਲੈਣਾ। ਇਸ ਤਰ੍ਹਾਂ ਆਪਾਂ ਆਲੂ ਮੈਸ਼ ਕਰ ਲੈਂਦੇ ਹਾਂ। ਜਦੋਂ ਆਪਣੇ ਆਲੂ ਮੈਸ਼ ਹੋ ਗਏ ਤਾਂ ਆਪਾਂ ਫਿਰ ਪੈਨ ਚੜਾਉਣਾ ਹੈ ਗੈਸ 'ਤੇ, ਇਹ ਤਾਂ ਪਤਾ ਆ, ਔਨ ਕਰਕੇ ਅਤੇ ਆਪਾਂ ਪਾਉਣਾ ਇਹ 'ਚ ਓਇਲ। ਜਿਹੜਾ ਵੀ ਤੁਸੀਂ ਓਇਲ ਯੂਜ਼ ਕਰਦੇ ਹੋ, ਸਰ੍ਹੋਂ ਦਾ ਤੇਲ ਯੂਜ਼ ਕਰਦੇ ਹੋ, ਮਸਟਰਡ ਓਇਲ ਯੂਜ਼ ਕਰਦੇ ਹੋ, ਜਿਹੜਾ ਵੀ ਤੁਸੀਂ ਯੂਜ਼ ਕਰਦੇ ਪ੍ਰੈਫਰ ਕਰਦੇ ਆ ਉਹ ਤੁਸੀਂ ਆਪਣਾ ਯੂਜ਼ ਕਰ ਸਕਦੇ ਹੋ। ਅਤੇ ਲਗਭਗ 2 ਚਮਚੇ ਬਸ ਇੰਨਾ ਕੁ ਤੇਲ ਪਾ ਦੇਣਾ ਆਪਾਂ ਇਸ ਦੇ ਵਿੱਚ। ਆਪਾਂ ਤੇਲ ਗਰਮ ਹੋ ਲੈਣ ਦਿਓ। ਫਿਰ ਆਪਾਂ ਪਾਉਣੇ ਆਪਣੇ ਅਨੀਅਨ, ਪਿਆਜ਼ ਅਤੇ ਆਲੂ ਜਿਹੜੇ ਮੈਸ਼ ਕੀਤੇ ਹੋਏ ਆ। ਜਿਵੇਂ ਆਪਣਾ ਪਰੌਂਠਿਆਂ ਦਾ ਵੇੜ ਹੁੰਦਾ, ਆਪਾਂ ਉਸ ਤਰ੍ਹਾਂ ਨੂੰ ਆਪਾਂ ਮੈਸ਼ ਕਰਕੇ, ਆਲੂ ਨੂੰ ਮੈਸ਼ ਕਰਕੇ ਕਲੀਅਰ ਐਂ ਕਰਕੇ ਆਪਾਂ ਫਿਰ ਪੈਨ ਵਿੱਚ ਆਪਣਾ ਤੁੜਕਾ 'ਚ ਲਾ ਲਾਈਕ ਤੇਲ ਪਾ ਕੇ, ਤੇਲ ਪਾ ਕੇ ਜੀਰਾ ਜੂਰਾ ਪਾ ਕੇ, ਤੁਹਾਨੂੰ ਦੀ ਨਾਲ ਦੱਸੀ ਜਾਣਾ, ਫਿਰ ਆਪਾਂ ਉਹਨੂੰ ਵੇੜ ਦੀ ਤਰ੍ਹਾਂ ਤਿਆਰ ਕਰ ਲੈਂਦੇ। ਮਿਰਚਾਂ ਵੀ ਪਾ ਸਕਦੇ ਆਪਾਂ ਆਪਣੇ ਸਵਾਦ ਲਈ, ਚੁੱਲ ਵਿੱਚ ਅਤੇ ਹਲਕਾ ਹਲਕਾ ਹਿਲਾਈ ਜਾਓ। ਪੈਨ ਕਰ ਦਿਓ ਆਪਣਾ ਮਿੱਠੀ ਮਿੱਠੀ ਅੱਗ 'ਤੇ, ਮਤਲਬ ਸਲੋ। ਅਤੇ ਹੁਣ ਪਾਉਣੇ ਆਪਾਂ ਇਹ 'ਚ ਆਲੂ। ਉਹ ਪੈ ਜਾ ਭਾਈ, ਖੜ ਜਾ, ਦੂਆ ਹੱਥ ਵੀ ਲਾਉਣਾ ਪੈਣਾ। ਇਸ ਤਰ੍ਹਾਂ ਦਾ ਵੀ ਕਲਰ ਆ ਜਾਊਗਾ ਵਧੀਆ। ਹੁਣ ਆਪਾਂ ਇਹ 'ਚ ਲੂਣ ਮਿਰਚ ਆਪਣੇ ਸਵਾਦ ਅਨੁਸਾਰ ਪਾ ਲੈਣਾ। ਕੌਲੀ 'ਚ ਲੂਣ ਮਿਰਚ ਪਾ ਲਿਆ ਹੈ ਅਤੇ ਹੁਣ ਕਰਾਂਗੇ ਢੇਰੀਏ 'ਚ, ਅਤੇ ਹਲਕਾ ਹਲਕਾ ਮਿਲਾ ਦੇਣਾ ਆਪਾਂ। ਹੋ ਗਿਆ ਆਪਣਾ ਰੇਡੀ ਮਟੀਰੀਅਲ ਸਾਰਾ, ਅਤੇ ਆਪਾਂ ਗੈਸ ਬੰਦ ਕਰ ਦੇਣਾ ਹੈ ਅਤੇ ਇਹਨੂੰ ਉਤਾਰੋ ਅਤੇ ਤਵਾ ਚੜਾਓ। ਅਤੇ ਤਵੇ 'ਤੇ ਆਪਾਂ ਹਲਕਾ ਹਲਕੀਆਂ ਰੋਟੀਆਂ ਪਕਾਉਣੀਆਂ ਹੈ। ਇਸ ਤਰ੍ਹਾਂ ਆਪਾਂ ਕਣਕ ਦਾ ਆਟਾ ਕੱਢ ਕੇ ਆਪਣਾ ਰੋਟੀਆਂ ਪਕਾਉਣੀਆਂ ਇਹਦੀਆਂ, ਆਟੇ ਦੀਆਂ। ਜਦੋਂ ਤੱਕ ਇਹ ਠੰਡਾ ਹੁੰਦਾ ਉਹਨੂੰ ਠੰਡਾ ਹੋ ਲੈਣ ਦਿਓ। ਆਪਣਾ ਮਸਾਲਾ ਤਿਆਰ ਹੋ ਗਿਆ ਜੀ। ਇਸ ਤਰ੍ਹਾਂ ਆਪਾਂ ਆਪਣਾ ਇੱਕ ਰੋਟੀ ਬਣਾ ਲੈਣੀ ਆ, ਜਿੱਦਾਂ ਆਪਾਂ ਨੋਰਮਲ ਘਰਾਂ 'ਚ ਰੋਟੀ ਬਣਾਉਂਦੇ ਹਾਂ, ਸੁੱਕਾ ਆਟਾ ਲਾ ਲਾ ਕੇ, ਅਤੇ ਆਪਾਂ ਹੁਣ ਇਹਨੂੰ ਚੜਾਉਣਾ ਆਪਾਂ ਤਵੇ 'ਤੇ। ਚਲੋ ਇਹਨੂੰ ਪੂਰੀ ਨਹੀਂ ਪਕਾਉਣੀ ਹੈਗੀ, ਜਿੱਦਾਂ ਆਪਾਂ ਰੋਟੀ ਬਣਾਉਂਦੇ ਹਾਂ ਕੱਚੀ ਪਕਾਉਣੀ ਆ, ਮਤਲਬ ਅੱਧੀ ਕੱਚ ਹੋਣੀ ਚਾਹੀਦੀ ਆ। ਫਿਰ ਆਪਾਂ ਮਸਾਲਾ ਪਾ ਕੇ, ਅਤੇ ਆਪਾਂ ਫਿਰ ਓਇਲ ਵੀ ਲਗਾਉਣਾ ਹੈ ਆਪਣਾ ਘੀ। ਪੂਰੀ ਨਹੀਂ ਪੱਕੀ ਕਰਨੀ ਆਪਾਂ, ਲਾਈਕ ਬਸ ਇੰਨੀ ਇੰਨੀ ਕੱਚੀ ਕਰਨੀ ਆ, ਹਲਕੀ ਹਲਕੀ ਬਰਾਊਨ ਜੀ ਹੋ ਗਈ ਬਸ। ਇਸ ਤਰ੍ਹਾਂ ਕਰਕੇ ਤੁਸੀਂ ਆਪਣੀਆਂ ਸਾਰੀਆਂ ਜਿੰਨੇ ਤੁਸੀਂ ਵੈਜ ਰੋਲ ਖਾਣੇ ਆ, ਆਪਣੇ ਰੋਲ ਬਣਾਉਣੇ ਆ, ਉਨੀਆਂ ਰੋਟੀਆਂ ਪਕਾ ਲਓ। ਦੇਖ ਸਕਦੇ ਤੁਸੀਂ ਬਸ ਇੰਨੀ ਕੁ ਕੱਚੀ ਪਕਾਉਣੀ ਆ, ਜ਼ਿਆਦਾ ਪਕਾਉਣੀ ਨਹੀਂ, ਰਾੜਨੀ ਹੈਗੀ ਰੋਟੀ, ਬਸ ਹਲਕੀ ਹਲਕੀ ਕੱਚੀ ਰੱਖਣੀ ਆ। ਇਸ ਤਰ੍ਹਾਂ ਆਪਾਂ ਰੋਟੀਆਂ ਬਣਾ ਲੈਣੀਆਂ ਆਪਣੇ ਜਿੰਨੀਆਂ ਖਾਣੀਆਂ ਹੈ, ਅਤੇ ਆਪਾਂ ਫਿਰ ਫਿਲਿੰਗ ਕਰਨੀ ਆ ਆਪਣੇ ਮਸਾਲੇ ਦੀ। ਉਹ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਰਿਚ ਟਮੈਟੋ ਐਂਡ ਮੈਓਨੀਸ, ਉਹ ਆਪਣੀ ਪਸੰਦ ਤੁਸੀਂ ਪਾਉਣੀ ਕਿ ਨਹੀਂ ਪਾਉਣੀ ਆ। ਅਤੇ ਆਪਾਂ ਹੁਣ ਇਹਦੇ ਪਰ ਲਾਵਾਂਗੇ ਮੈਓਨੀਸ ਅਤੇ ਟਮੈਟੋ, ਕੈਚਅਪ, ਫਿਰ ਆਪਾਂ ਕਰਾਂਗੇ ਫਿਲਿੰਗ, ਅਤੇ ਫਿਰ ਆਪਾਂ ਕਰਾਂਗੇ ਰੋਸਟ ਤਵੇ 'ਤੇ, ਹਲਕਾ ਹਲਕਾ ਆਪਾਂ ਸੇਕਣਾ ਫਿਰ ਰੋਟੀ ਨੂੰ ਘੀ ਲਾ ਕੇ। ਸਮਾਈਲੀ ਫੇਸ ਜੇ ਬਣਾਈ ਜਾਓ, ਜੋ ਦਿਲ ਕਰਦਾ ਉਹ ਕਰੀ ਜਾਓ, ਪੰਗੇ ਲਈ ਜਾਓ ਬਸ। ਘੁੰਮਾਈ ਜਾਓ ਘੁੰਮਾਈ ਜਾਓ, ਇੱਦਾਂ ਇੱਦਾਂ ਘੁੰਮਾਈ ਜਾਓ ਬਸ।
कैचअप ते आपां मेयोनीज ला ली ते हुण आपां करनी फिलिंग इहदी आलू प्याज़ दी। इस तरह आपां एक लाइन च रख लेना एडजस्ट करके। अपने लाइन च रखोगे प्रोपर इस तरह ते फिर आपां करना बंद इहनूं लाइक। इस तरह आप बंद तो करता अपना रोल ऑलमोस्ट 80% तैयार हो गया। तो आप हम तवे ते इनू हल्का हल्का घी ला के सेकना है। पैन ते लाउणा आपां हल्का जिहा घी टमाटे। इस तरह अपना रोल हल्का हल्के आपां स्टीम विच करके है ना गर्म हल्के हल्के घी लाई जाने उपर देसी च जिहड़ा मर्जी। इस तरह रोल अपना हो जाणा रेडी। लो जी अपना देसी वैज रोल रेडी आ। लो जी अपने वैज रोल हो गए रेडी। तो तुसीं देख सकते हो वधिया ऐन लुक भी वधिया दिख रही है इहनां दी। तो आप कैचअप ना खा सकते हो, तुसीं नहीं खाना कैचअप विदाउट इदां भी खा सकते हो। देख सकते हो तुसीं सब तो वधिया बने पिया अपने वैज रोल। तो आप खावे मेयोनीज विद सॉस। जे तुसीं ऐदी खाने ऐदी खा सकते हो। जे तुहानूं रैसिपी वधिया लगी तो वीडियो लाइक करो, कमेंट करके दस्यो किवें दा वधिया रहा एक्सपीरियंस तुहाडा भी ते मेरा भी। तो कमी पेशी भी तुहानूं दस्यो की रहेगी कमी पेशी अपने वल्लों असीं बेस्ट दस्या है। तो चैनल सबसक्राइब जरूर करो। तो सारे प्यार भाई सत श्री अकाल।